ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਪਰਮਜੀਤ ਸਿੰਘ ਪੱਪੂ ਲਾਲਪੁਰ ਤੋਂ, ਜੋ ਕਿ ਬਲਦਾਂ ਦੇ ਸ਼ੌਕੀਨ, ਕੈਰੀ ਦੌੜ ਹੋਵੇ ਚਾਹੇ ਦੋਹਰੀ ਦੌੜ ਹੋਵੇ, ਅਤੇ ਆਪਣੇ ਸਮੇਂ ਦੇ ਅਤੇ ਹੁਣ ਵੀ ਇਸ ਸਮੇਂ ਦੇ ਸੁਪਰ ਸਟਾਰ ਚਾਪਕ ਨੇ, ਅਤੇ ਇਹਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਇਹਨਾਂ ਦੇ ਪਿੰਡ ਲਾਲਪੁਰ ਵਿਖੇ ਆਏ ਹਾਂ। ਆਓ ਗੱਲਬਾਤ ਕਰਦੇ ਹਾਂ ਜੀ। ਦੋਸਤੋ, ਅੱਜ ਸਾਡੀ ਘੁੰਮਣ ਲਾਈਵ ਟੀਮ ਪਿੰਡ ਲਾਲਪੁਰ ਵਿਖੇ ਆਈ ਹੋਈ ਹੈ ਜੀ, ਅਤੇ ਜਿੱਥੇ ਬਲਦਾਂ ਦੇ ਸ਼ੌਕੀਨ ਸਰਦਾਰ ਪਰਮਜੀਤ ਸਿੰਘ ਗਿੱਲ ਲਾਲਪੁਰ, ਜੋ ਕਿ ਕੈਰੀ ਦੌੜ, ਦੋਹਰੀ ਦੌੜ ਅਤੇ ਹਲਟ ਦੌੜ ਵੀ ਭਜਾਉਂਦੇ ਰਹੇ ਆ, ਅਤੇ ਅੱਜ ਅਸੀਂ ਉਹਨਾਂ ਦੇ ਪਿੰਡ ਲਾਲਪੁਰ ਵਿਖੇ ਆਏ ਹਾਂ ਜੀ, ਅਤੇ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ। ਅੰਕਲ ਜੀ, ਪਹਿਲਾਂ ਤਾਂ ਤੁਹਾਡਾ ਘੁੰਮਣ ਲਾਈਵ ਟੀਵੀ ਵਿੱਚ ਬਹੁਤ ਬਹੁਤ ਤੁਹਾਡਾ ਸਵਾਗਤ ਆ ਕਿ ਤੁਸੀਂ ਸਾਨੂੰ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢਿਆ ਜਿਹੜਾ ਤੁਸੀਂ ਸਾਡੇ ਲਈ, ਅਤੇ ਇਹਦਾ ਤੁਹਾਡੇ ਲਈ ਅਤੇ ਤੁਹਾਡੇ ਯਾਰਾਂ ਮਿੱਤਰਾਂ ਦਾ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਜ਼ਿਆਦਾ ਧੰਨਵਾਦ ਘੁੰਮਣ ਲਾਈਵ ਟੀਵੀ ਵਾਲਿਆਂ ਦਾ ਜੀ, ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਨਗਰ ਦੇ ਵਿੱਚ ਆ ਕੇ ਬਲਦਾਂ ਨੂੰ ਬਹੁਤ ਪ੍ਰਮੋਟ ਕੀਤਾ ਆ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਚੈਨਲ ਰਾਹੀਂ ਬਹੁਤ ਦੇਖਣ ਨੂੰ, ਸੁਣਨ ਨੂੰ, ਸੋਚਣ ਨੂੰ ਮਿਲਦਾ ਆ ਜੀ। ਹਾਂਜੀ ਪਰਮਜੀਤ ਅੰਕਲ ਜੀ, ਤੁਸੀਂ ਸਾਨੂੰ ਇਹ ਦੱਸੋ ਬਈ ਜਿਹੜਾ ਆਪਣਾ ਜਨਮ ਆ ਉਹ ਕਿੱਥੇ ਦਾ ਹੋਇਆ, ਤਾਂ ਕਿਹੜੇ ਸੰਨ ਦਾ ਹੋਇਆ ਜੀ, ਕਿਹੜੇ ਪਿੰਡ ਤੋਂ ਹੋਇਆ? ਪਿੰਡ ਜੀ ਮੇਰਾ ਲਾਵਲਪੁਰ ਆ, ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਤਹਿਸੀਲ ਹੁਣ ਮਾਲਪੁਰ ਆ ਗਈ ਆ ਜੀ। ਇਸੇ ਨਗਰ ਦਾ ਜੀ ਮੈਂ। ਠੀਕ ਹੈ ਜੀ। ਸਾਨੂੰ 1972 ਦਾ ਮੇਰਾ ਜਨਮ ਹੈ ਜੀ। ਅੰਕਲ ਜੀ, ਆਪਣੇ ਇਸ ਵੇਲੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ, ਅਤੇ ਇਹਦੇ ਬਾਰੇ ਸਾਨੂੰ ਜ਼ਰੂਰ ਸਾਂਝੀ ਕਰਿਓ ਆਪਣੀ ਗੱਲਬਾਤ ਜੀ। ਪਰਿਵਾਰ 'ਚ ਅਸੀਂ 4 ਜੀ ਹਾਂ ਜੀ। ਮੈਂ ਤਾਂ ਮੇਰੇ ਘਰੋਂ ਜੀ, ਵੱਡੀ ਬੇਟੀ ਆ ਜੀ, ਤੋਂ ਛੋਟਾ ਬੇਟਾ ਆ ਜੀ, ਉਹ ਅੰਮ੍ਰਿਤਧਾਰੀ ਆ ਜੀ। ਠੀਕ ਆ ਜੀ। ਅਤੇ ਜਿਹੜਾ ਸਾਡਾ ਬਹੁਤਾਂ ਦਾ ਸ਼ੌਕ ਆ ਜੀ, ਇਹ ਸਾਡੇ ਸਾਰੇ ਪਰਿਵਾਰ ਨੂੰ ਆ। ਠੀਕ ਆ ਜੀ। ਸਾਡੇ ਘਰੋਂ ਵੀ ਆਪ ਪਸ਼ੂਆਂ ਨੂੰ ਤਿਆਰ ਕਰਨਾ, ਪੇੜਾ ਵੀ ਜਾਂ ਦੁੱਧ ਘੇ ਵੀ ਦੇਣਾ, ਉਹਦੇ ਬਾਅਦ ਸਾਡੀ ਬੇਟੀ ਨੂੰ ਇੰਨਾ ਸ਼ੌਕ ਆ। ਠੀਕ ਆ ਜੀ। ਮੈਨੂੰ ਇੰਨਾ ਨਹੀਂ ਜਿੰਨਾ ਪਸ਼ੂਆਂ ਨੂੰ ਕਾੜਾ ਸਮਾਨ ਦੇਣਾ ਆ, ਕੋਈ ਵੀ ਜਿਹੜਾ ਦੇਣਾ ਖਾਣ ਪੀਣ ਲਈ। ਮੁੰਡੇ ਨੂੰ ਸ਼ੌਕ ਬਹੁਤ ਆ। ਠੀਕ ਆ ਜੀ। ਇਹ ਜਿਹੜਾ ਸ਼ੌਕ ਆ ਸਾਡੇ ਸਾਰੇ ਪਰਿਵਾਰ ਨੂੰ ਸ਼ੌਕ ਆ। ਇਹ ਅਸੀਂ ਜਿਹੜੇ ਪਸ਼ੂ ਰੱਖੇ ਹੋ ਆ, ਇਹ ਕੋਈ ਪਰਾਏ ਕਰਕੇ ਪਸ਼ੂਆਂ ਕਰਕੇ ਨਹੀਂ ਰੱਖੇ ਹੋ ਜੀ, ਸਾਡੇ ਇੱਕ ਅੰਗ ਆ ਘਰ ਦੇ। ਠੀਕ ਹੈ। ਜਾਣੀ ਕਿ ਪਸ਼ੂਆਂ ਦੀ ਜਿਹੜੀ ਦੇਖਭਾਲ ਆ ਉਹ ਸਾਰਾ ਪਰਿਵਾਰ ਕਰਦਾ ਜਾਣੀ, ਜਿਹੜੀ ਸਾਡੇ ਜਿੰਨੀ ਵੀ ਪਸ਼ੂਆਂ ਦੀ ਦੇਖਭਾਲ ਆ ਸਾਰਾ ਸਾਡਾ ਪਰਿਵਾਰ ਕਰਦਾ। ਬਹੁਤ ਵਧੀਆ ਗੱਲ ਆ ਜੀ। ਇੱਕ ਦੇ ਸਿਰ ਤੇ ਤਾਂ ਚਲੋ ਨਹੀਂ ਪਸ਼ੂ ਸਭ ਹੁੰਦੇ ਹੈਗੇ, ਸਾਰਿਆਂ ਦਾ ਏਕਾ ਚਾਹੀਦਾ ਵਾ। ਹਾਂਜੀ। ਤੇ ਹਾਂਜੀ ਪਰਮਜੀਤ ਅੰਕਲ ਜੀ, ਸਾਨੂੰ ਇਹ ਜ਼ਰੂਰ ਦੱਸਿਓ ਵੀ ਜਿਹੜਾ ਆਪਣੂੰ ਬਲਦਾਂ ਦਾ ਸ਼ੌਕ ਵਾ, ਇਹ ਮੁੱਢ ਤੋਂ ਸੀ ਜਾਂ ਆਪਣੇ ਪਹਿਲਾਂ ਫਾਦਰ ਸਾਹਿਬ ਬਲਦ ਨੱਠਾਂ ਦੇ ਰਹੇ ਆ ਜੀ, ਇਹਦੇ ਬਾਰੇ ਸਾਨੂੰ ਮਾੜਾ ਜਿਹਾ ਜ਼ਰੂਰ ਤੁਸੀਂ ਸਾਨੂੰ ਦੱਸੋ ਜੀ। ਨਹੀਂ, ਸਾਨੂੰ ਇਹ ਮੁੱਢ ਤੋਂ ਨਹੀਂ ਸੀਗਾ ਜੀ ਸ਼ੌਕ। ਹਾਂਜੀ। ਸਰਦਾਰ ਸੋਹਣ ਸਿੰਘ ਲਾਲਪੁਰ, ਤਰਸੇਮ ਸਿੰਘ ਲਾਲਪੁਰ, ਉਹਨਾਂ ਦੇ ਨਾਲ ਮੈਂ ਜਾਂਦਾ ਸੀਗਾ। ਠੀਕ ਹੈ ਜੀ। ਅਤੇ ਉਹਨਾਂ ਤੋਂ ਹੌਲੀ ਹੌਲੀ ਫਿਰ ਮੈਂ ਬਲਦ ਆਪ ਭਜਾਉਣ ਲੱਗ ਪਿਆ ਜੀ। ਠੀਕ ਹੈ ਜੀ। ਬਲਦਾਂ ਦਾ ਸ਼ੌਕ ਆ, ਕਿਹੜੇ ਸਾਲ ਤੋਂ ਤੁਸੀਂ ਇਹ ਰੱਖਣੇ ਸ਼ੁਰੂ ਕੀਤੇ ਆ, ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਲਦ ਰੱਖਿਆ ਨੂੰ, ਅੱਜ ਇਹ ਜ਼ਰੂਰ ਦੱਸੋ ਜੀ ਸਾਨੂੰ। ਜਿਹੜਾ ਬਲਦਾਂ ਦਾ ਮੈਨੂੰ ਸ਼ੌਕ ਆ ਜੀ, ਇਹ ਸਾਲ 88 ਤੋਂ ਆ ਜੀ ਪਿਆ ਆ। ਠੀਕ ਹੈ ਜੀ। ਅਤੇ ਬਲਦ ਰੱਖਣੇ ਕੋਈ ਮੈਂ ਹੁਣ 20 ਸਾਲ ਤੋਂ ਲੱਗਾ ਜੀ ਆਪਣੇ। ਠੀਕ ਹੈ ਜੀ। ਉਹ ਤੋਂ ਪਹਿਲਾਂ ਮੈਂ ਦੇਖਦਾ ਸੀਗਾ ਅਤੇ ਉਹਦੇ ਬਾਰੇ ਸਿੱਖਦਾ ਸੀਗਾ, ਕਿਉਂ ਕਿਸੇ ਵੀ ਕਲਚਰ ਨੂੰ ਕਰਨਾ ਹੋਵੇ ਤਾਂ ਉਹਨੂੰ ਸਿੱਖਣਾ ਜ਼ਰੂਰੀ ਆ ਪਹਿਲਾਂ। ਜੀ ਜੀ, ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਹਾਂਜੀ। ਉਹ ਸਿੱਖ ਕੇ ਫਿਰ ਹੌਲੀ ਹੌਲੀ ਇੱਥੇ ਤੱਕ ਆਇਆ ਜੀ। ਠੀਕ ਹੈ ਜੀ। ਅਤੇ ਅੰਕਲ, ਆਪਣੇ ਪਿੰਡ ਦੇ ਵਿੱਚ ਪਹਿਲਾਂ ਕੋਈ ਇਹ ਬਲਦ ਰੱਖਦਾ ਸੀ ਜਾਂ ਨਠਾਉਂਦੇ ਰਹੇ, ਕੌਣ ਕੌਣ ਨਠਾਉਂਦੇ ਰਹੇ ਜੀ? ਪਿੰਡ ਬਾਰੇ ਜ਼ਰੂਰ ਸਾਨੂੰ ਦੱਸੋ ਵੀ ਪਿੰਡ ਦੇ ਵਿੱਚ ਕਿਹੜਾ ਕਿਹੜਾ ਆਪਣੇ ਬਲਦ ਰੱਖਦੇ ਆ? ਸਾਡੇ ਪਿੰਡ ਤਕਰੀਬਨ ਲਗਭਗ ਹੀ ਬਲਦ ਭਜਾਏ ਆ ਪਿੰਡ ਵਾਲਿਆਂ ਨੇ। ਠੀਕ ਹੈ। ਜਿਨ੍ਹਾਂ ਦੇ ਵਿੱਚ ਸਰਦਾਰ ਸੋਹਣ ਸਿੰਘ, ਸਰਦਾਰ ਚੈਨ ਸਿੰਘ, ਇੱਧਰ ਪ੍ਰਿਤਪਾਲ ਜੀ, ਅਤੇ ਤਰਸੇਮ ਸਿੰਘ ਜੀ, ਅਵਤਾਰ ਸਿੰਘ ਜੀ, ਅਤੇ ਮਾਸਟਰ ਗੁਰਦੇਵ ਸਿੰਘ ਜੀ, ਸਾਧੂ ਸਿੰਘ ਜੀ, ਸਰਦਾਰ ਚੈਨ ਸਿੰਘ ਜੀ, ਅਤੇ ਹੋਰ ਬਹੁਤ ਸਾਰੇ ਸੱਜਣ ਆ, ਕੁਲਦੀਪ ਸਿੰਘ ਜੀ, ਇਹ ਸਾਰੇ ਸੱਜਣ ਬਲਦਾਂ ਦੇ ਸ਼ੌਕੀਨ ਆ ਔਰ ਨਠਾਉਂਦੇ ਰਹੇ ਆ ਜੀ ਬਹੁਤ। ਠੀਕ ਹੈ। ਹੁਣ ਵੀ ਬਹੁਤ ਭਜਾਉਂਦੇ ਆ ਜੀ, ਰਮਨ ਹੋਣੀ, ਪ੍ਰਿਤ। ਠੀਕ ਹੈ। ਹਾਂਜੀ। ਇਹ ਨਵੇਂ ਜਿੰਨੀ ਨੌਜਵਾਨ ਪੀੜ੍ਹੀ ਹੈ ਸਾਡੀ ਬਲਦਾਂ ਵਾਲੀ, ਇਹ ਨਸ਼ੇ ਤੋਂ ਬਚੀ ਹੋ ਆ। ਸਤਨਾਮ ਸਿੰਘ ਜੀ, ਸਾਰੇ ਨਸ਼ੇ ਤੋਂ ਬਚੇ ਹੋ ਆ ਜੀ, ਉਹਦੇ ਕਰਕੇ ਅਸੀਂ ਇਸ ਕਲਚਰ ਨਾਲ ਜੁੜੇ ਹੋਵਾਂ ਜੀ, ਔਰ ਸਾਫ਼ ਸੁਥਰੀ ਗੇਮ ਹੈ ਸਾਡੀ। ਤੋ ਬਲਦਾਂ ਦਾ ਸ਼ੌਕ ਤਾਂ ਚਲੋ ਤੁਹਾਨੂੰ ਕਾਫ਼ੀ ਲੰਬੇ ਸਮੇਂ ਤੋਂ ਆ, ਤੁਸੀਂ ਜਿਹੜੀ ਬਲਦਾਂ ਦੀ ਹਕਾਈ ਆ, ਦੋਹਰੀ ਦੌੜ ਦੀ ਜਾਂ ਸਿੰਗਲ ਦੌੜ ਦੀ, ਇਹ ਹਕਾਈ ਤੁਹਾਡੇ ਬਲਦਾਂ 'ਚ ਤੁਸੀਂ ਆਪ ਕਰਦੇ ਹੋ ਜਾਂ ਕੌਣ ਕਰਦਾ ਜੀ ਆਪਣੇ ਬਲਦਾਂ ਦੀ? ਹਾਂਜੀ ਹਾਂਜੀ, ਇਹ ਜਿਹੜੇ ਬਲਦਾਂ ਦੀ ਗੜਵਾਨੀ ਆ ਜੀ, ਇਹ ਚਲੋ ਗੜਵਾਨ ਤਾਂ ਮੈਂ ਨਹੀਂ ਹਜੇ ਤੱਕ ਬਣ ਸਕਿਆ, ਮੈਂ ਆਪ ਹੀ ਇਹ ਬਲਦ ਭਜਾਏ ਆ ਜੀ। ਠੀਕ ਆ ਜੀ। ਸਿੰਗਲ ਦੇ ਵਿੱਚ
ਅਤੇ ਦੂਰੀ ਦੌੜ ਦੇ ਵਿੱਚ ਇੱਕ ਸਾਡੀ ਚੱਕਰ ਦੀ ਦੌੜ ਚੱਲਦੀ ਆ ਜੀ, ਹਲਟ ਦੌੜ। ਠੀਕ ਹੈ ਜੀ। ਕਿਲ੍ਹਾ ਰੈਪਰ ਹੀਟਾਂ, ਗੁੱਜਰ ਵਾਲ ਹੀਟਾਂ, ਸਮਰਾਲੇ ਕਾਲਜ ਦੀਆਂ ਹੀਟਾਂ, ਇਹ ਮੈਂ ਸਾਰੇ ਆਪ ਜਾ ਕੇ ਗਡਵਾਨੀ ਬਲਦਾਂ 'ਤੇ ਕੀਤੀ ਹੈ, ਚਰਨ ਸਿੰਘ ਗਿੱਲਾਂ ਵਾਲੇ ਬਲਦਾਂ 'ਤੇ। ਠੀਕ ਹੈ ਜੀ। ਅਤੇ ਮੈਂ ਆਪ ਹੀ ਸਾਰਾ ਕੁਛ ਤਿਆਰ ਕਰਦੇ ਹਾਂ ਅਸੀਂ। ਠੀਕ ਹੈ ਜੀ। ਅੰਕਲ ਜੀ, ਹੁਣ ਸਾਨੂੰ ਇਹ ਜ਼ਰੂਰ ਦੱਸੋ ਵੀ ਇਸ ਵੇਲੇ ਆਪਣੇ ਘਰ 'ਚ ਕਿੰਨੇ ਬੋਲਦ ਰੱਖੇ ਹੋਏ ਆ, ਅਤੇ ਇਹ ਜ਼ਰੂਰ ਸਾਨੂੰ ਦੱਸਿਓ ਜੀ। ਇਸ ਵੇਲੇ ਸਾਡੇ ਕੋਲ 4 ਆ ਜੀ ਬੋਲਦ। ਠੀਕ ਆ ਜੀ। 2 ਦੌੜਦੇ ਆ ਜੀ। ਠੀਕ ਆ ਜੀ। ਦੂਰੀ ਦੌੜ ਦੇ ਵਿੱਚ। ਠੀਕ ਹੈ। 2 ਬੱਚੇ ਤਿਆਰ ਕਰਦਾ ਹਾਂ ਜੀ। ਠੀਕ ਆ ਜੀ। ਇਹਨਾਂ ਨਾਲ ਹੀ ਮੈਂ ਖੇਤੀ ਕਰਦਾ ਜੀ। ਠੀਕ ਆ ਜੀ। ਹਲ ਵੀ ਇਹਨਾਂ ਨਾਲ ਜੋੜਦਾ, ਆ ਤਵੀਆਂ ਤੁਸੀਂ ਸਾਹਮਣੇ ਪਈਆਂ ਦੇਖਦੇ ਹੋਣ, ਮੈਂ ਤਵੀਆਂ ਵੀ ਇਹਨਾਂ ਨੂੰ ਜੋੜਦਾ। ਠੀਕ ਹੈ ਜੀ। ਸਾਰਾ ਕੰਮ ਹੈ ਇਹਨਾਂ 'ਤੇ ਲੈਂਦਾ ਆ ਔਰ ਇਹਨਾਂ ਨੂੰ ਸਿਖਾਲਦਾ ਇਸ ਕੰਮ ਲਈ। ਠੀਕ ਹੈ ਜੀ। ਉਹ ਵੀ ਜਦੋਂ ਤੁਸੀਂ ਮਾਲਵੇ 'ਚ ਜਾਂ ਦੁਆਬੇ ਦੇ ਵਿੱਚ ਦੌੜ 'ਤੇ ਆਪਣੇ ਬਲਦ ਲੈ ਕੇ ਜਾਂਦੇ ਆ, ਅਤੇ ਕਿਹੜੇ ਸੱਜਣ ਮਿੱਤਰ ਤੁਹਾਡੇ ਨਾਲ ਜਾਂਦੇ ਆ ਅਤੇ ਤੁਹਾਡੀ ਮਦਦ ਕਰਾਉਂਦੇ ਆ ਨਾਲ ਲੈ ਕੇ ਦੌੜ ਦੇ ਵਿੱਚ, ਇਹ ਜ਼ਰੂਰ ਸਾਨੂੰ ਦੱਸੋ। ਸਾਰਿਆਂ ਤੋਂ ਸਹਿਯੋਗ ਸਾਰਿਆਂ ਵੀਰੇ ਦਿੰਦੇ ਆ, ਜਿੰਨੇ ਇੱਥੇ ਆ ਜਾਂ ਐੱਨ ਆਰ ਆਈ ਵੀਰੇ ਆ, ਕੁਝ ਮੇਰੇ ਨਿਆਣਿਆਂ ਸਮਾਨ ਵੀ ਆ, ਸਾਰਿਆਂ ਦਾ ਸਹਿਯੋਗ ਆ। ਸਭ ਤੋਂ ਵੱਡਾ ਜਿਹੜਾ ਮੇਰੇ ਘਰ ਬਹੁਤ ਰੱਖਣ ਦਾ ਸਹਿਯੋਗ ਆ ਜੀ, ਇਹ ਸਰਦਾਰ ਸੰਦੀਪ ਸਿੰਘ ਬਹਿਲ ਪਰਨਾਕਰਾ, ਪੂਰਾ ਹੀ ਪਰਿਵਾਰ ਆ। ਠੀਕ ਆ ਜੀ। ਅਤੇ ਗੁਰਮੁਖ ਸਿੰਘ ਬਿੱਕਾ ਮਾਲਪੁਰ, ਇਹ ਸਾਰੇ ਸਾਨੂੰ ਜਾਣੀ ਭਰਾਵਾਂ ਵਾਲਾ ਸਾਡਾ ਪਿਆਰ ਆ। ਠੀਕ ਆ ਜੀ। ਅਤੇ ਚਿੜੀ ਬੈਂਸ ਗੋਪਾਲੀਆਂ, ਠੀਕ ਆ ਜੀ, ਇਹ ਅਮਰੀਕਾ ਆ। ਠੀਕ ਆ ਜੀ। ਅਤੇ ਬਿੱਟਾ ਪੱਲੀਆਂ, ਠੀਕ ਆ ਜੀ, ਅਤੇ ਹੋਰ ਜਿਹੜੇ ਵੀਰ ਇੱਥੇ ਆ, ਰਮਨ ਲਾਲਪੁਰ, ਦੀਪ ਝੱਜ, ਪ੍ਰਿਤਪਾਲ ਆਪਣੇ ਚਿੱਤੋਂ ਅਤੇ ਮਹਿਸੂਸਪੁਰ ਤੋਂ, ਹੋਰ ਵੀ ਮੁੰਡੇ ਜਿਹੜੇ ਵੀ ਜਾਣੀ ਬਹੁਤ ਹਮਦਰਦੀ ਕਰਦੇ, ਸਾਰੇ ਮੁੰਡਾ ਜੋੜ ਕੇ ਖੜਦੇ। ਤੁਸੀਂ ਇਹ ਜਿਹੜਾ ਬੋਲਦਾਂ ਦਾ ਲੈਣ ਦੇਣ ਜਾਂ ਖਰੀਦੋ ਫਰੋਖਤ ਵੀ ਤੁਸੀਂ ਇਹਨਾਂ ਦੀ ਬੋਲਦਾਂ ਦੀ ਕਰਦੇ, ਵੇਚਦੇ ਆ ਜਾਂ ਖਰੀਦੇ ਵੀ ਹੋ ਜਾਣੀ ਕਿੱਦਾਂ ਕਿੱਦਾਂ ਵੀ? ਹਾਂਜੀ, ਮੈਂ ਬੋਲਦ ਆਪ ਵੀ ਮੁੱਲ ਖਰੀਦੇ ਆ ਜੀ, ਵੇਚੇ ਵੀ ਆ ਜੀ। ਠੀਕ ਆ ਜੀ। ਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ, ਰੱਬ ਨੇ ਬਹੁਤ ਸਾਥ ਦਿੱਤਾ ਜੀ। ਠੀਕ ਆ ਜੀ। ਹਿੰਦ ਰੋਹ ਤੋਂ ਬੋਲਦ ਉਹਨਾਂ ਟਾਈਮਾਂ ਦੇ ਜਿਹਨਾਂ ਟਾਈਮਾਂ ਦੇ ਮੈਂ ਵੇਚੇ ਆ, ਉਹ ਬੋਲਦਾ ਨੇ ਗਾਹਾਂ ਜਾ ਕੇ ਨਾਂ ਬਣਾਇਆ ਮੇਰਾ। ਠੀਕ ਆ ਜੀ। ਗੁਰਦੇਵ ਸਿੰਘ ਧਾਰੀਵਾਲ ਨੂੰ ਵੇਚਿਆ ਸੀਗਾ। ਠੀਕ ਆ ਜੀ। ਤੇ ਧਲੇਤੇ ਵਾਲੇ ਸੋਢੀ ਨੂੰ ਬਹੁਤ ਵੇਚਿਆ ਸੀਗਾ ਉਹਨਾਂ ਟਾਈਮਾਂ 'ਚ, 8 ਮੋਟਰਸਾਈਕਲ ਜਾ ਕੇ ਵਰਲਡ ਜਿੱਤੇ ਸੀਗੇ। ਠੀਕ ਆ ਜੀ। ਤੇ ਦੇਬੇ ਦਾ ਜਿਹਨੂੰ ਮਿੱਠੂ ਦੇ ਨਾਂ ਤੇ ਜਾਣਦੇ ਸੀਗੇ। ਠੀਕ ਆ ਜੀ। ਬੜਾ ਮਸ਼ਹੂਰ ਬੋਲਦ ਹੋਇਆ ਜੀ ਉਹ। ਮਸ਼ਹੂਰ ਬੋਲਦ, ਬਹੁਤ ਮਸ਼ਹੂਰ ਸੀ। ਤੇ ਜਿਹੜਾ ਕਟਾਰੀ ਵਾਲਾ ਬੋਲਦ ਇਸ ਟਾਈਮ ਹਜੇ ਵੀ ਭੱਜਦਾ ਜੀ ਉਹ। ਠੀਕ ਆ ਜੀ। ਤੇ ਉਹਨੂੰ ਵੀ 7-8 ਸਾਲ ਹੋ ਗਿਆ ਉਹ ਵੀ ਜੀ। ਠੀਕ ਆ। ਉਹ ਵੀ ਮੈਂ ਇੱਥੇ 2 ਸਾਲ ਰੱਖ ਕੇ ਭਜਾ ਕੇ ਬੋਲ ਵੇਚਿਆ ਸੀਗਾ ਜੀ। ਠੀਕ ਆ ਜੀ। ਹਾਂਜੀ। ਕਿਹੜਾ ਬੋਲਦ ਨੇ ਆਪਣੇ ਹੁਣ ਤੱਕ ਇਨਾਮੀ ਬੋਲਦ ਜਿੱਤੇ ਆ, ਕਿੰਨੇ ਇਨਾਮ ਜਿੱਤੇ ਆ ਅਤੇ ਕਿੰਨਾ ਤੁਹਾਨੂੰ ਮੇਲਿਆਂ ਦੇ ਵਿੱਚ ਮਾਣ ਸਨਮਾਨ ਮਿਲਿਆ ਵਾ, ਤਾਂ ਸਾਨੂੰ ਇਹਦੇ ਬਾਰੇ ਜ਼ਰੂਰ ਸਾਡੇ ਨਾਲ ਗੱਲ ਸਾਂਝੀ ਜ਼ਰੂਰ ਕਰੋ। ਜਿਹੜੀ ਮਾਣ ਸਨਮਾਨ ਵਾਲੀ ਗੱਲ ਆ, ਉਦੋਂ ਤਾਂ ਜਦੋਂ ਤੋਂ ਮੈਨੂੰ ਬੋਲਦਾਂ ਦਾ ਸ਼ੌਕ ਪੈ ਗਿਆ ਨੇ, ਜਦੋਂ ਤੋਂ ਮੈਂ ਰੱਖਣ ਲੱਗ ਪਿਆ, ਇਹਨਾਂ ਨੇ ਗਊ ਦੇ ਜਾਂ ਨੇ ਮੇਰੀ ਪਿੱਠ ਨਹੀਂ ਕਿਤੇ ਵੀ ਲੱਗਣ ਦਿੱਤੀ ਜੀ। ਠੀਕ ਹੈ ਜੀ। ਚਾਹੇ ਆਪਾਂ ਮਾਲਵੇ 'ਚ, ਦੁਆਬੇ 'ਤੇ, ਕਿਸੇ ਥਾਂ ਵੀ ਗਿਆ ਨਹੀਂ, ਕਿਤੇ ਵੀ ਪਿੱਠ ਨਹੀਂ ਲੱਗਣ ਦਿੱਤੀ, ਮਾਣ ਸਨਮਾਨ ਤਾਂ ਇੰਨੇ ਮਿਲ ਗਏ ਮੈਨੂੰ ਇਹਨਾਂ ਦੇ। ਠੀਕ ਹੈ ਜੀ। ਬਹੁਤ ਜ਼ਿਆਦਾ ਮਿਲਿਆ। ਇੱਕ ਮੈਂ ਇਹਨਾਂ ਨੇ ਹੋਰ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹਾਂ, ਇਹ ਜਿਹੜੇ ਗਊ ਦੇ ਜਾਏ ਹੈ ਨਾ, ਅਸੀਂ ਜੀ ਇਹਨਾਂ ਨਾਲ ਹੀਰਾ ਫੇਰੀ ਕਰਦੇ ਹਾਂ। ਹਾਂਜੀ। ਇਹ ਬਖਸ਼ਦੇ ਨਹੀਂ ਕਿਸੇ ਨੂੰ ਵੀ ਹੈਗੇ ਆ। ਬਿਲਕੁਲ। ਜੇ ਅਸੀਂ ਦਿਲੋਂ ਇਹਨਾਂ ਦਾ ਸਤਿਕਾਰ ਆਪਣੇ ਨਿਆਣੇ ਵਾਂਗ ਪਾਲ ਕੇ ਰੱਖਾਂਗੇ, ਸੱਚੀ ਗੱਲ, ਤਾਂ ਇਹ ਸਾਡਾ ਮਾਣ ਸਤਿਕਾਰ ਕਰਦੇ ਆ। ਠੀਕ ਆ ਜੀ। ਜੇ ਆਪਾਂ ਐਵੇਂ ਵੀ ਆਪਾਂ ਪਸ਼ੂ ਬੰਨ ਲਏ ਆ ਜੀ, ਕੋਈ ਨਹੀਂ, ਜਿੱਦਾਂ ਦੇ ਹੈਗੇ ਆ, ਠੀਕ ਆ, ਇੱਦਾਂ ਮਾਣ ਸਤਿਕਾਰ ਨਹੀਂ ਇਹ ਕਰਦੇ ਹੈਗੇ ਆ। ਇਹਨਾਂ ਨੂੰ ਇੱਕ ਪਸ਼ੂ ਜਾਣ ਕੇ ਨਾ ਜਾਣੋ। ਠੀਕ ਆ ਜੀ। ਜਾਣੀ ਇੱਕ ਅੰਗ ਆ, ਤਾਂ ਮਾਣ ਸਨਮਾਨ ਵਾਲੀ ਤਾਂ ਤੁਸੀਂ ਗੱਲ ਛੱਡ ਦਿਓ ਜੀ, ਜੇ ਦਿਲੋਂ ਅਸੀਂ ਇਹਨਾਂ ਦਾ ਸਤਿਕਾਰ ਕਰਾਂਗੇ ਨਾ, ਤਾਂ ਸਾਡਾ ਬਹੁਤ ਕਰਦੇ ਆ। ਠੀਕ ਆ ਜੀ। ਜਿੱਦਾਂ ਸਾਡੇ ਹਰਭਜਨ ਸਿੰਘ ਜੀ, ਕੁੱਕਾ ਰੇਸ਼ਮ ਸਿੰਘ ਜੀ, ਬਹੁਤ ਸਾਰੇ ਜਾਣੀ ਜਿਨ੍ਹਾਂ ਨੇ ਸਾਡੇ ਪੂਰੇ ਨਗਰ ਸਤਿਕਾਰ ਹੈ ਇੱਦਾਂ ਦੀਆਂ ਚੀਜ਼ਾਂ। ਠੀਕ ਆ ਜੀ। ਬਾਕੀ ਜ਼ਿਆਦਾ ਕੁ ਸਾਡੇ ਸਰਦਾਰ ਚੈਨ ਸਿੰਘ ਜੀ ਆ, ਜਿੱਦਾਂ ਮੈਂ ਆਪ ਇਹਨਾਂ ਨਾਲ ਹਲ ਵਾਹੁੰਦਾ, ਜੇ ਮੈਂ ਹਲ ਵਾਹੁਣ ਦੀ ਸਿੱਖਣਾ ਹੋਵੇ ਤਾਂ ਮੈਂ ਇਹਨਾਂ ਤੋਂ ਸਿੱਖਿਆ ਸੀ। ਠੀਕ ਆ। ਕਿੱਦਾਂ ਬਹੁਤ ਨੂੰ ਤਾਹਾਂ ਠਾਹਾਂ ਕਰਨਾ, ਖੜਾ ਕਿੱਦਾਂ ਕਰਨਾ, ਮੋੜਨਾ ਕਿੱਦਾਂ, ਹੱਟ ਕਿੱਦਾਂ ਕਰਨਾ ਆ। ਠੀਕ ਆ ਜੀ। ਇਹ ਰੱਖਣਾ ਅਤੇ ਸੋਚਣਾ ਅਤੇ ਦੇਖਣਾ ਬਹੁਤ ਫਰਕ ਆ ਜੀ ਇਸ ਕਲਚਰ ਦੇ ਵਿੱਚ। ਜੇ ਆਪ ਹੱਥੀਂ ਕਰਾਂਗੇ, ਸੋਚਾਂਗੇ, ਇਹਨਾਂ ਪਸ਼ੂਆਂ ਲਈ ਵੀ ਟਾਈਮ ਕੱਢਾਂਗੇ, ਤਾਂ ਇਹ ਭਿੜ ਫਤਿਹ ਮਿਲ ਗਈ। ਅਤੇ ਤੁਸੀਂ ਸਾਡੇ ਨਾਲ ਜ਼ਿਕਰ ਕੀਤਾ ਸੀ ਵੀ ਤੁਸੀਂ ਖੇਡ ਮੇਲੇ 'ਚ ਇੱਕ ਸਕੂਟਰ ਦਿੱਤਾ ਸੀ, ਉਹ ਗੱਲ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਜੀ। ਹਾਂਜੀ। ਮੈਂ ਚਰਨ ਸਿੰਘ ਗਿੱਲਾਂ ਵਾਲੇ ਬਲਦਾਂ 'ਤੇ ਹੱਕੇ ਸੀਗੇ ਜੀ। ਠੀਕ ਆ ਜੀ। ਗੁਜਰਾਲ ਪਹਿਲੀ ਵਾਰਾਂ। ਠੀਕ ਹੈ। ਮੈਂ ਕਦੇ ਹੀਟਾਂ ਦੀ ਕੋਈ ਟ੍ਰੇਨਿੰਗ ਨਹੀਂ ਲਈ। ਠੀਕ ਆ ਜੀ। ਕੋਈ ਨਾਟਦੇ ਨਹੀਂ ਦੇਖੇ ਸੀਗੇ।
ਪਹਿਲੀ ਵਾਰ ਘਰ ਦੀ ਜੋੜੀ ਸੀਗੀ ਤਾਂ ਮੈਂ ਆਪੇ ਉਹਨਾਂ ਦੇ ਬਹੁਤ ਭਜਾਏ ਸੀਗੇ ਜੀ ਤੇ ਉਸ ਵੇਲੇ ਸਕੂਟਰ ਜਿੱਤਿਆ ਸੀਗਾ ਜੀ ਇਹ ਕਿਹੜੇ ਸਾਲ ਦੀ ਗੱਲ ਹੈ ਜੀ ਇਹ ਸਨ ਨੂੰ ਤਾਂ ਹੋ ਗਿਆ ਹੁਣ 10-12 ਸਾਲ ਜੀ ਉਹਨਾਂ ਟਾਈਮਾਂ 'ਚ ਸੁਖਬੀਰ ਬਾਦਲ ਅਤੇ ਵੱਡੇ ਬਾਦਲ ਸਾਹਿਬ ਆ ਕੇ ਸਨਮਾਨ ਕਰਕੇ ਗਏ ਸੀਗੇ ਗੁੱਜਰਵਾਲ ਦੀ ਖੇਡ ਗੁੱਜਰਵਾਲ ਠੀਕ ਹੈ ਸੁਹਾਗੇ ਦਾ ਜਾਂ ਹੋਰ ਕੰਮ ਤੁਸੀਂ ਆਪਣੇ ਪਿੰਡ ਦੇ ਅੰਕਲ ਹੁਣੀ ਹੈਗੇ ਆ ਚੈਨ ਸਿੰਘ ਹੁਣੀ ਇਹਨਾਂ ਤੋਂ ਸਿੱਖੇ ਆ ਤੇ ਅੰਕਲ ਤੁਸੀਂ ਸਾਨੂੰ ਦੱਸੋ ਬਈ ਤੁਸੀਂ ਅੰਕਲ ਨੇ ਤੁਹਾਡੀ ਬੜੀ ਸਿਫਤ ਕੀਤੀ ਆ ਬਈ ਜਾਂ ਬਲਦਾਂ ਦਾ ਸ਼ੌਂਕ ਆ ਜਾਂ ਸੁਹਾਗਾ ਜਾਂ ਹੋਰ ਬਹੁਤਾਂ ਦੇ ਰੂਟੀਨ ਇਹਨਾਂ ਨੇ ਤੁਹਾਡੇ ਤੋਂ ਸਿੱਖੀ ਹੈ ਤੁਸੀਂ ਕੀ ਇਹਨਾਂ ਬਾਰੇ 'ਚ ਕਹਿਣਾ ਚਾਹੁੰਦੇ ਹੋ ਗੱਲ ਜੀ ਮੈਂ ਇਹਨਾਂ ਦੀ ਬਹੁਤ ਸਿਫਤ ਕਰੂੰਗਾ ਠੀਕ ਹੈ ਜੀ ਜਿਨ੍ਹਾਂ ਨੇ ਇੱਕ ਛੋਟੀ ਗੱਲ ਤੋਂ ਬਹੁਤ ਵੱਡੀ ਜਿਹੜੇ ਕਿ ਇਸ ਵੇਲੇ ਇੰਡੀਆ ਕਿਹਾ ਠੀਕ ਹੈ ਜੀ ਸਾਰੇ ਮੁਲਕਾਂ ਵਿੱਚ ਮਸ਼ਹੂਰ ਆਦਮੀ ਆ ਠੀਕ ਹੈ ਜੀ ਜਿਹੜੇ ਗਰੀਬ ਘਰਾਣੇ ਦੇ ਸੀਗੇ ਠੀਕ ਹੈ ਜੀ ਅਤੇ ਅਕਸਰ ਮੇਰਾ 1947 ਦਾ ਜਨਮ ਆ ਠੀਕ ਹੈ ਜੀ ਅਤੇ ਅਕਸਰ ਅਸੀਂ ਵੀ ਬੋਲਦ ਬੜੇ ਵਧੀਆ ਰੱਖਦੇ ਸੀਗੇ ਠੀਕ ਹੈ ਜੀ ਅਤੇ ਹਲ ਸੁਹਾਗਾ ਵਾਹੁਣਾ ਸਾਡੇ ਬਾਪ ਦਾ ਕਿੱਤਾ ਸੀਗਾ ਠੀਕ ਹੈ ਜੀ ਉਹ ਤੋਂ ਬਾਅਦ ਵਿੱਚ ਸਾਡੇ ਬਾਪ ਨੇ ਸਾਨੂੰ ਪੜ੍ਹਾਇਆ ਲਿਖਾਇਆ ਸਭ ਕੁਝ ਜਿੰਨਾ ਵੀ ਵਿੱਦਿਆ ਪਾਈ ਵਿੱਦਿਆ ਪਾਈ ਠੀਕ ਹੈ ਅਤੇ ਦੂਜੀ ਇਹ ਸੀ ਉਹਨਾਂ ਨੂੰ ਸ਼ੌਂਕ ਬਹੁਤ ਸੀ ਬੋਲਦਾਂ ਦਾ ਠੀਕ ਹੈ ਜੀ ਉਹ ਤੋਂ ਬਾਅਦ ਵਿੱਚ ਅਸੀਂ ਮੈਂ 5 ਕੁ ਸਾਲ ਦਾ ਸੀ ਜਦੋਂ ਗਾਦੀ 'ਤੇ ਬੈਠ ਕੇ ਹਲ ਢਾਕਦਾ ਹੁੰਦਾ ਸੀ ਹਾਂਜੀ ਅਤੇ ਬਾਕੀ ਕਿੱਤਾ ਹੁਣ ਸਾਨੂੰ ਜਿਹੜਾ ਉਹ ਆਪ ਜਾਣਦੇ ਸੀਗੇ ਉਹ ਵੀ ਬਹੁਤ ਕਾਰੀਗਰ ਸੀ ਹਲ ਸੁਹਾਗੇ ਦੇ ਠੀਕ ਹੈ ਜੀ ਅਤੇ ਬਾਕੀ ਕਹਾਣੀ ਇਹ ਆ ਗੱਡੀਆਂ ਗੁੱਡੀਆਂ ਭਜਾਉਣ ਤੋਂ ਤਾਂ ਉਹ ਤੋਂ ਉਹਨਾਂ ਤੋਂ ਬਾਅਦ ਲੱਗ ਪੈ ਜਾਣ ਹੁਣ ਹੁੰਦਿਆਂ 'ਤੇ ਲੱਗ ਪੈ ਠੀਕ ਹੈ ਇਹ ਪਰਮਜੀਤ ਸਿੰਘ ਹੁਣੀ ਦੇ ਇੱਥੇ ਮੇਰਾ ਇਹਨਾਂ ਦੇ ਨਾਲ ਕਾਫੀ ਬਾਹਰ ਆ ਇੱਕ ਮੇਰੀ ਇੰਨੀ ਕਦਰ ਕਰਦੇ ਸੀ ਮਿਹਨਤ 'ਤੇ ਵੱਡਾ ਹੋਣ ਕਰਕੇ ਦੂਜੀ ਕਹਾਣੀ ਇਹ ਵੀ ਸੀ ਕਿ ਇਹ ਹਰ ਚੀਜ਼ ਮੇਰੇ ਤੋਂ ਪੁੱਛਦੇ ਸੀਗੇ ਵੀ ਆਹ ਗੱਲ ਕਿੱਦਾਂ ਕਰਨੀ ਆ ਕਿੱਦਾਂ ਕਰਨੀ ਆ ਫਿਰ ਉਹ ਮੁਠੀਆ ਛੋਟਾ ਬੜਾ ਜਾਂ ਇਹ ਜਿਹੜੀਆਂ ਗੱਲਾਂ ਸੀਗੀਆਂ ਠੀਕ ਹੈ ਜੀ ਇਹ ਸਾਰੀਆਂ ਉਹਨੂੰ ਅਕਸਰ ਆ ਕੇ ਦੱਸੀ ਦੀਆਂ ਸੀ ਕਿੱਦਾਂ ਸਨੇਰ ਲਾਉਣੇ ਕਿੱਦਾਂ ਖੇਤ ਵਗਲਣਾ ਕਿੱਦਾਂ ਰਹਿਲ ਵਗਲਣੀ ਕੀ ਕਰਨਾ ਹੈ ਠੀਕ ਹੈ ਜੀ ਤਾਂ ਇਸ ਕਰਕੇ ਇਹ ਜਿਹੜਾ ਸੀਗਾ ਸਾਡਾ ਆਪਣਾ ਕਿੱਤਾ ਸੀਗਾ ਬਾਕੀ ਇਹਨਾਂ ਨੂੰ ਇੱਕੋ ਹੀ ਗੱਲ ਨਹੀਂ ਹੈ ਸ਼ੌਂਕ ਬਹੁਤ ਸੀਗਾ ਬਹੁਤ ਜ਼ਿਆਦਾ ਸ਼ੌਂਕ ਠੀਕ ਹੈ ਜੀ ਠੀਕ ਹੈ ਕਿਉਂਕਿ ਇਹ ਜਿਹੜਾ ਸ਼ੌਂਕ ਹੁੰਦਾ ਨਾ ਜੀ ਇਹਦਾ ਕੋਈ ਮੁੱਲ ਨਹੀਂ ਹੈ ਮੁੱਲ ਨਹੀਂ ਹੈਗਾ ਠੀਕ ਹੈ ਜੀ ਅੱਗੇ ਤਾਂ ਉਹ ਚਰਖੀ ਦਾ ਸ਼ੌਂਕ ਹੁੰਦਾ ਸੀ ਬਹੁਤ ਬੁੜੀਆਂ ਉਹ ਜਿੱਦਾਂ ਕਹਿੰਦੇ ਸੀਗੇ ਚਰਖੀ ਦਾ ਸ਼ੌਂਕ ਕੱਤਣੀ ਚ ਪੋਣੀਆਂ ਰੁਸ ਰੁਸ ਬਹਿਣ ਵੀਹਣੀਆਂ ਤੇ ਪੋਣੀਆਂ ਘਮ ਘਮ ਚਾਟੀ ਚ ਮਧਾਣੀ ਵੱਜਦੀ ਸ਼ਮ ਸ਼ਮ ਪੌੜੀਆਂ ਤੇ ਚੜੇ ਭੱਜਦੀ ਸ਼ੀਸ਼ੇ ਵਾਂਗੂ ਸਾਫ਼ ਸੁੱਚੀਏ ਤੇ ਸੱਚੀਏ ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ ਹੈ ਬਈ ਇਹ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਮਹੀਆਂ ਪਸ਼ੂ ਇਹਨਾਂ ਨੇ ਵੀ ਪਰਮਜੀਤ ਸਿੰਘ ਹੁਣੀ ਬਹੁਤ ਪਾਲੇ ਆ ਐਸੀ ਨਹੀਂ ਕੋਈ ਗੱਲ ਵੀ ਹੁਣ ਤੱਕ ਵੀ ਮੈਂ ਇਹਨਾਂ ਦਾ ਕਾਫੀ ਸਾਥ ਦਿੰਦਾ ਜਿਹਨਾਂ ਜਿਹਨਾਂ ਜਿਹੜੀ ਕੋਈ ਗੱਲ ਪੁੱਛਦੇ ਆ ਕਾੜ ਆ ਜਾਂ ਕੋਈ ਗੱਲ ਇੱਦਾਂ ਦੀਆਂ ਚੀਜ਼ਾਂ ਕੋਈ ਪਸ਼ੂ ਦੇ ਸੱਟ ਲੱਗ ਜਾਂਦੀ ਆ ਉਹ ਮਾੜਾ ਮੋਟਾ ਜਿੰਨਾ ਕੁ ਮੈਂ ਜਾਣਦਾ ਉਹਦੇ ਹਿਸਾਬ ਨਾਲ ਇਹਨਾਂ ਨੂੰ ਮੈਂ ਦੱਸਦਾ ਰਹਿੰਦਾ ਬਾਕੀ ਮੈਂ ਇੱਕ ਗੱਲ ਇਹ ਕਹੂੰਗਾ ਕਿ ਇਹਨਾਂ ਨੇ ਸਾਡਾ ਨਾਂ ਵੀ ਬੜਾ ਚਮਕਾਇਆ ਆਪਣਾ ਤਾਂ ਇਹਨਾਂ ਦਾ ਹੈ ਹੀ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਵਾਹਿਗੁਰੂ ਤੂੰ ਐਸਾ ਕਰ ਇਹ ਸਾਡੇ ਪਿੰਡ ਦਾ ਪੰਜਾਬ ਹਿੰਦੁਸਤਾਨ ਤੇ ਬਾਹਰਲੇ ਮੁਲਕਾਂ ਵਿੱਚ ਮਸ਼ਹੂਰ ਬੰਦਾ ਹੈ ਮੈਂ ਇੱਕ ਦੁਆ ਕਰਦਾ ਪਰਮਾਤਮਾ ਮੂਹਰੇ ਠੀਕ ਹੈ ਤੇ ਹੁਣ ਜਿਹੜੀ ਮੇਰੀ ਬਾਕੀ ਉਮਰ ਰਹਿੰਦੀ ਨਾ ਉਹ ਇਸ ਬੰਦੇ ਨੂੰ ਲੱਗ ਜਾਵੇ ਸੱਚੀ ਬਹੁਤ ਪਿਆਰਾ ਜੀ ਤੁਹਾਡਾ ਤੁਸੀਂ ਇੰਨਾ ਪਿਆਰ ਜਜ਼ਬਾਤੀ ਬੋਲਿਆ ਵਾ ਜੀ ਇਹ ਆਪ ਦੱਸਦਾ ਵਾ ਵੀ ਤੁਸੀਂ ਇਹਨਾਂ ਨੂੰ ਕਿੰਨਾ ਕੰਮ ਦੱਸਿਆ ਸੋ ਅਸੀਂ ਤੁਹਾਡੇ ਪੂਰੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਜੀ ਪਰਮਜੀਤ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਤੁਹਾਡੇ ਤੋਂ ਤੁਸੀਂ ਇਹਨਾਂ ਤੋਂ ਕਾਫੀ ਕੁਛ ਸਿੱਖਿਆ ਵਾ ਜੀ ਅਤੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਦੱਸੋ ਸਾਨੂੰ ਇਹਨਾਂ ਬਾਰੇ ਤਾਂ ਜਿੰਨਾ ਵੀ ਕਹਿ ਹੋ ਜਾਵੇ ਥੋੜ੍ਹਾ ਆ ਜੀ ਹਾਂਜੀ ਬਹੁਤ ਗੁਰਬਾਣੀ ਦੇ ਵੀ ਜ਼ਿਆਦਾ ਨੇੜੇ ਆ ਜੀ ਠੀਕ ਹੈ ਮੈਂ ਆਪ ਤਾਂ ਨਹੀਂ ਪੜ੍ਹਿਆ ਅਤੇ ਗੁਰਬਾਣੀ ਨੂੰ ਸਿੱਖਣਾ ਵੀ ਇਹਨਾਂ ਤੋਂ ਕੁਛ ਮਿਲਦਾ ਆ ਮੈਂ ਜਿਹੜੀ ਬਹੁਤ ਦੀ ਖੇਤੀ ਕਰਨੀ ਇੱਕ ਹੋਰ ਚੀਜ਼ ਆ ਜੀ ਇੱਕ ਭੱਜਣ ਵਾਲੇ ਬਹੁਤ ਨੂੰ ਸਿਖਾਲਣਾ ਤਾਹਾਂ ਠਾਹਾਂ ਹੜਾ ਪੈਰ ਉਹਨਾਂ ਨੂੰ ਸਿਖਾਲਣਾ ਮੈਂ ਇਹਨਾਂ ਨੂੰ ਹਲ ਵਾਹੁੰਦਾ ਦੇਖਿਆ ਤਾਂ ਮੈਂ ਤਾਂ ਇਹਨਾਂ ਤੋਂ ਸਿੱਖਦਾ ਸੀਗਾ ਹਲ ਤਾਂ ਹੋਰ ਸਾਰਾ ਪੰਜਾਬ ਦੇ ਬਹੁਤ ਬੰਦੇ ਵਾਹੁੰਦੇ ਆ ਇਹਨਾਂ ਦੇ ਬੋਲਦ ਜਿਸ ਵੇਲੇ ਨਹੀਂ ਹਲ ਵਾਹੁਣਾ ਨਾ ਮੋਹਰਲੇ ਖੇਤ ਦੇ ਵਿੱਚ ਜਾਣ ਨੂੰ ਜਗ੍ਹਾ ਹੋਵੇ ਤੇ ਕਹੀ ਨਾ ਨੀ ਖੂੰਜਾ ਨੀ ਗੁੱਡਿਆ ਕਹੀ ਹਲ ਦੇ ਨਾਲ ਖੂੰਜਾ ਕੱਢ ਦੇਣਾ ਇਹਨਾਂ ਨੇ ਠੀਕ ਹੈ ਮੈਨੂੰ ਉਹ ਗੱਲ ਇਹਨਾਂ ਬਹੁਤ ਦਿਮਾਗ 'ਚ ਬਹਿ ਗਈ ਕਿ ਬੋਲਦਾਂ ਨੂੰ ਇੱਦਾਂ ਦੇ ਟ੍ਰੇਨ ਕਰ ਦੇਣਾ
ਠੀਕ ਹੈ ਜੀ। ਤੇ ਹੋਰ ਹਾਲ ਤਾਂ ਸਾਰੇ ਬੰਦੇ ਬਹੁੰਦੇ ਆ ਜੀ, ਠੀਕ ਹੈ ਜੀ, ਮਾੜੀ ਗੱਲ ਨਹੀਂ ਹੈਗੀ ਆ, ਸਿੱਖਣਾ ਗੱਲ ਆ। ਹੋਰ ਮੈਂ ਆਪਣੇ ਜਿਹੜੇ ਨੌਜਵਾਨ ਜਿੰਨੇ ਵੀ ਆ, ਮੈਂ ਸਾਰੇ ਨੂੰ ਕਹਿੰਦਾ ਜੇ ਆਪਾਂ ਇਹਨਾਂ ਨੂੰ ਪਸ਼ੂ ਨੂੰ ਸਿਖਾ ਲਾਂਗੇ ਹਨਾ, ਕਿਸੇ ਦਾ ਵੱਡੇ ਦਾ ਸਤਿਕਾਰ, ਛੋਟੇ ਨਾਲ ਪਿਆਰ ਬਿਲਕੁਲ ਕਰਾਂਗੇ, ਇਹ ਬਹੁਤ ਵਧੀਆ ਗੱਲ ਆ। ਤੇ ਇਹ ਜਿਹੜਾ ਸਾਡਾ ਕਲਚਰ ਆ ਨਾ, ਇਹ ਬਹੁਤ ਵਧੀਆ ਵਿਰਸਾ ਆ, ਸਾਂਭ ਕੇ ਰੱਖਣ ਦੀ ਲੋੜ ਆ ਇਹਨੂੰ। ਇਹ ਨਹੀਂ ਹੈਗਾ ਵੀ ਇਹ ਉੱਦਾਂ ਹੀ ਆ, ਕੋਈ ਬਹੁਤ ਗੱਡੀਆਂ ਚਾੜੀ ਫਿਰਦੇ ਆ, ਕੀ ਲਈ ਫਿਰਦੇ ਆ, ਕੀ ਇਹਨਾਂ ਨੇ ਖੱਟਿਆ। ਇੱਕ ਕਿਸੇ ਕਲਾਕਾਰ ਨੇ ਪੁੱਛਿਆ, ਉਹ ਬੰਦਾ ਗੱਲ ਕਰਦਾ ਸੀਗਾ, ਉਹ ਕਹਿੰਦਾ ਕੁੱਤਾ ਰੱਖਿਆ ਆ ਇਹਦਾ ਕੀ ਫਾਇਦਾ, ਆਹ ਤਾਂ ਘੋੜਾ ਰੱਖਿਆ ਇਹਦਾ ਕੀ ਫਾਇਦਾ। ਉਹ ਇੱਦਾਂ ਦੇ ਕਹਿੰਦਾ ਪੰਜ ਚਾਰ ਮੈਨੂੰ ਫਾਇਦੇ ਗਣਾ ਤੇ, ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ। ਕਹਿੰਦਾ ਮੈਂ ਕਿਹਾ ਤੂੰ ਜੰਮਿਆ ਤੇਰਾ ਵੀ ਕੀ ਫਾਇਦਾ, ਤੇਰਾ ਕੀ ਫਾਇਦਾ। ਬਾਕੀ ਜਿਹੜੀ ਰਹੀ ਗੱਲ ਆ, ਜਿਹੜਾ ਮਸ਼ਹੂਰ ਹੋਣਾ ਹੈ ਨਾ, ਪਿੰਡੋਂ ਬਾਹਰ ਰਿਸ਼ਤੇਦਾਰਾਂ ਤੋਂ ਪਰੇ, ਰਿਸ਼ਤੇਦਾਰ ਵੀ ਜਾਣਦਾ ਹੁੰਦਾ, ਪਿੰਡ ਵੀ ਜਾਣਦਾ ਹੁੰਦਾ ਆ। ਬਾਕੀ ਜਿਹੜੀ ਆਪਣੀ ਪਛਾਣ ਬਣਾਉਣੀ ਆ, ਜਾਂ ਤਾਂ ਆਪਣਾ ਨਿਆਣਾ ਕੋਈ ਘੁਲਦਾ ਆ, ਕਬੱਡੀ ਖੇਡਦਾ, ਜਾਂ ਸਾਡੇ ਕੋਲ ਚੰਗਾ ਜਾਨਵਰ ਆ, ਸਾਡੇ ਕੋਲ ਕਲਾ ਆ, ਤਾਂ ਸਾਡੀ ਬਾਹਰ ਪਛਾਣ ਬਣੀ ਆ। ਅਤੇ ਬਾਕੀ ਮੈਂ ਤੁਹਾਡੇ ਚੈਨਲ ਦਾ, ਹੋਰ ਜਿੰਨੇ ਸੱਜਣ ਮਿੱਤਰ ਦੇਖਦੇ ਆ, ਮੈਂ ਤਾਂ ਜਿੰਨੇ ਵੀ ਐੱਨ ਆਰ ਆਈ ਵੀਰ ਆ, ਉਹਨੂੰ ਕਰਦਾ ਵੀ ਬਹੁਤ ਸਹਿਯੋਗ ਦਿਓ ਇਸ ਕਲਚਰ ਨੂੰ। ਐੱਨ ਆਰ ਆਈ ਵੀਰ ਕਰਕੇ ਕਲਚਰ ਬਚਿਆ ਆ, ਇੱਥੇ ਜਿਹੜੇ ਕੁਛ ਬੰਦੇ ਆ, ਮਿਹਨਤ ਕਰੋ ਇਹਨਾਂ ਦੇ ਨਾਲ, ਅਤੇ ਨੌਨ ਇਹਦਾ ਬਾਰਾਂ ਸਿੱਧਾ ਕਰਦੇ ਆ। ਠੀਕ ਹੈ ਜੀ। ਸੋ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਇੱਕ ਲਫ਼ਜ਼ ਜ਼ਰੂਰ ਢੁੱਕਦਾ ਵਾ ਵੀ ਗੁਰੂ ਬਿਨਾਂ ਗੱਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ ਹੈਗਾ, ਅਤੇ ਕੋਈ ਵੀ ਕਲਾ ਲੈਣੀ ਹੋਵੇ ਤਾਂ ਗੁਰੂ ਜਾਣੀ ਕਿ ਜ਼ਰੂਰੀ ਆ। ਜਾਣੀ ਕਿ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਤੁਸੀਂ ਅੰਕਲ ਹੋਣਾ ਚੈਨਲ ਹੋਣਾ ਤੋਂ ਬੋਲ ਰੱਖਣੇ ਜਾਂ ਸੁਹਾਗਾ ਹੱਲਣਾ ਹੈਗਾ, ਅਤੇ ਇਹ ਵੀ ਇੱਕ ਕਲਾ ਦੱਸਣੀ ਕਿਸੇ ਨੂੰ, ਇਹ ਵੀ ਬਹੁਤ ਵੱਡਾ ਇੱਕ। ਹਾਂਜੀ, ਨਹੀਂ ਬਹੁਤ ਆ ਜੀ। ਬਾਕੀ ਜਿਹੜੇ ਇਹ ਫਿਰ ਗੁਰੂ ਦੀ ਗੱਲ ਆ, ਗੁਰੂ ਤਾਂ ਰੱਬ ਆ ਜੀ। ਹਾਂਜੀ ਹਾਂਜੀ, ਤਾਂ ਬਾਬੇ ਨਾਨਕ ਨੂੰ ਮੰਨਿਆ ਜੀ। ਠੀਕ ਹੈ ਜੀ। ਜਿਹੜਾ ਸਿੱਖਿਆ ਸਾਰਾ ਕੁਛ ਉਹ ਆਪਦੇ ਵੱਡਿਆਂ ਤੋਂ ਸਿੱਖਿਆ, ਸਤਿਕਾਰ ਨਾਲ ਸਿੱਖਿਆ। ਸਾਡੇ ਬਹੁਤ ਮਸ਼ਹੂਰ ਬੈਲ ਦੜਾਕ ਹੋਏ ਆ, ਤਾਰਾ ਸਿੰਘ ਜੀ ਖੈੜ ਅੱਛਰੋਂ। ਠੀਕ ਹੈ ਜੀ। ਜੋ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਜਾਣਦੇ ਸੀ, ਤਾਰਾ ਸਿੰਘ ਖੈੜ ਅੱਛਰੋਂ। ਸੁਣਿਆ ਬਹੁਤ ਨਾਮ ਆ। ਅਤੇ ਸਰਦਾਰ ਜਰਨੈਲ ਸਿੰਘ ਕਾਲਗੜ੍ਹ, ਮੁਖਤਿਆਰ ਸਿੰਘ ਕਾਲਗੜ੍ਹ, ਮੱਖਣ ਸਿੰਘ ਲੱਲੀਆਂ, ਅਤੇ ਮਹਿੰਦਰ ਸਿੰਘ ਖੜੋਤੀ, ਸਾਡੇ ਪਿੰਡੋਂ ਵੀ ਬਹੁਤ ਸਾਰੇ ਗੜਵਾਨ ਹੋਏ ਆ। ਇਹ ਜਿਹੜੇ ਗੜਵਾਨ ਸੀਗੇ, ਇਹਨਾਂ ਦਾ ਨਾਂ ਆ, ਜਿੰਨਾ ਚਿਰ ਸਾਡਾ ਕਲਚਰ ਰਿਹਾ ਹੋਊਗਾ ਨਾ, ਬਲਵੀਰ ਸਿੰਘ ਬੱਲੀ ਮੋਹਣਵਾਲ, ਠੀਕ ਹੈ ਜੀ, ਅਤੇ ਹਲਟ ਦੇ ਵਿੱਚ ਸਵਰਨ ਸਿੰਘ ਨਮੋਲੀਆਂ, ਕਰਨੈਲ ਸਿੰਘ ਕਾਲੇ ਵਾਲ ਭਗਤਾਂ, ਠੀਕ ਹੈ ਜੀ, ਇਹ ਜਿੰਨਾ ਵੀ ਚਿਰ ਸਾਡਾ ਇਹ ਕਲਚਰ ਆ, ਇਹਨਾਂ ਦੇ ਵਿੱਚ ਨਾਂ ਆ। ਬਾਕੀ ਮੈਂ ਕੁਛ ਹੋਰ ਵੀ ਹਜੇ ਸਿੱਖਦਾ ਆ, ਸਰਦਾਰ ਨਰਿੰਦਰ ਸਿੰਘ ਸ਼ੇਰਪੁਰ, ਉਹਨਾਂ ਦਾ ਵੀ ਮੈਨੂੰ ਸਹਿਯੋਗ ਬਹੁਤ ਆ। ਹਲਟ ਦੌੜ ਦੇ ਵਿੱਚ ਜਾਂ ਕੈਰੀ ਦੌੜ ਦੇ ਜਾਂ ਦੋਹਰੀ ਦੌੜ ਦੇ ਵਿੱਚ ਐੱਨ ਆਰ ਆਈਆਂ ਦਾ ਬੜਾ ਸਹਿਯੋਗ ਆ, ਅਤੇ ਤੁਹਾਨੂੰ ਕਿਹੜੇ ਐੱਨ ਆਰ ਆਈ ਵੀਰਾਂ ਨੇ ਬੜਾ ਸਹਿਯੋਗ ਕੀਤਾ ਬਾਹਰੋਂ? ਐੱਨ ਆਰ ਆਈ ਵੀਰਾਂ ਨੇ ਤਾਂ ਜਿੰਨੇ ਵੀ ਗਏ ਆ ਸਾਡੇ ਨਗਰਾਂ ਤੋਂ ਜਾਂ ਹੋਰ ਕਿਸੇ ਵੀ ਨਗਰ ਤੋਂ ਗਏ, ਉਹਨਾਂ ਦਾ ਸਾਰਿਆਂ ਦਾ ਸਹਿਯੋਗ ਬਹੁਤ ਜ਼ਿਆਦਾ ਆ। ਅਤੇ ਜਿੱਦਾਂ ਹੁਣ ਗਗਨ ਜਾਗਤਪੁਰ, ਸਤਨਾਮ ਸਿੰਘ ਜਾਗਤਪੁਰ, ਉਹਨਾਂ ਦੇ ਪਿਤਾ ਜੀ ਆ, ਅਤੇ ਉਹਨਾਂ ਦੇ ਆਪਣੇ ਇਕੱਲੇ ਬਹੁਤ ਨਹੀਂ ਦੜਾਉਂਦੇ ਆ, ਅਤੇ ਗਾਣਿਆਂ ਦੇ ਵਿੱਚ ਵੀ ਉਹਨਾਂ ਦਾ ਨਾਮ ਆ, ਰਾਈਟਰ ਬਹੁਤ ਵਧੀਆ ਆ। ਜਿੰਨੇ ਵਧੀਆ ਉਹ ਕਲਾਕਾਰ ਦੇ ਵਿੱਚ ਜਾਂ ਬਹੁਤਾਂ 'ਚ ਵਿਚਰਦੇ, ਉਹਨੇ ਵਧੀਆ ਸੁਭਾਅ ਦੇ ਮਾਲਕ, ਉਦੋਂ ਵਧੀਆ ਉਹਨਾਂ ਦਾ ਸੁਭਾਅ ਜ਼ਿਆਦਾ ਵਧੀਆ। ਬਲਦ ਵੀ ਨੂੰ ਉਹਨਾਂ ਤੋਂ ਵੀ ਸ਼ੌਂਕ ਆ, ਅਤੇ ਕਬੂਤਰ ਵੀ ਉਹਨਾਂ ਦੇ ਜਿੱਤਦੇ ਕਬੂਤਰਾਂ ਵਿੱਚ, ਕਬੂਤਰਾਂ ਦੇ ਵਿੱਚ ਵੀ ਉਹਨਾਂ ਦਾ ਨਾਂ ਆ, ਅਤੇ ਰੱਬ ਵਾਹਿਗੁਰੂ ਉਹਨਾਂ ਨੂੰ ਮਿਹਰ ਕਰੇ, ਉਹਨਾਂ 'ਤੇ ਚੜ੍ਹਦੀ ਕਲਾ 'ਚ ਰਹਿਣ। ਹਾਂਜੀ ਪਰਮਜੀਤ ਅੰਕਲ ਜੀ, ਇਹ ਸਾਨੂੰ ਮਾੜਾ ਜ਼ਰੂਰ ਦੱਸਿਓ, ਆਪਣੇ ਜਿੰਨੇ ਵੀ ਆ ਸੱਜਣ ਮਿੱਤਰ ਬੈਠੇ ਆ, ਹਾਂਜੀ ਲਗਭਗ ਇਹਨਾਂ ਨੇ ਵੀ ਬੋਲ ਰੱਖੇ ਹੋਏ ਆ ਜੀ, ਜਾਣੀ ਕਿ ਇਹ ਬਾਰੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਗੱਲਬਾਤ ਕਰੋ। ਜਿੱਦਾਂ ਪ੍ਰਦੀਪ ਭਾਅ ਜੀ ਵੀ ਨਹੀਂ ਬੈਠੇ ਆ, ਰਮਨ ਭਾਅ ਜੀ ਵੀ ਨਹੀਂ ਬੈਠੇ ਆ, ਹੋਰ ਸਾਡੇ ਜਿੰਨੇ ਵੀ ਸੱਜਣ ਮਿੱਤਰ ਬੈਠੇ ਆ, ਸਾਰੇ ਬਲਦਾਂ ਦਾ ਸ਼ੌਂਕ ਰੱਖਦੇ ਆ, ਇਹ ਸਾਨੂੰ ਜ਼ਰੂਰ ਦੱਸੋ। ਜਦੋਂ ਵੀ ਤੁਹਾਡੇ ਨਾਲ ਮੇਲਿਆਂ 'ਤੇ ਜਾਂਦੇ, ਇਹ ਤੁਹਾਡੇ ਨਾਲ ਜ਼ਰੂਰ ਹੈਲਪ ਕਰਾਉਂਦੇ ਆ, ਜਾਂਦੇ ਆਉਂਦੇ ਮੇਲਿਆਂ 'ਤੇ, ਇਹਨਾਂ ਨੇ ਵੀ ਬੋਲ ਰੱਖੇ ਹੋਏ ਆ ਜਾਂ ਕਿੱਦਾਂ ਵੀ, ਇਹਦੇ ਬਾਰੇ ਜ਼ਰੂਰ ਸਾਨੂੰ? ਹਾਂਜੀ, ਇਹ ਜਿੰਨੇ ਵੀ ਸੱਜਣ ਬੈਠੇ ਆ, ਇਹਨਾਂ ਨੇ ਸਾਰੇ ਬਹੁਤਾਂ ਦੇ ਸ਼ੌਕੀਨ ਆ। ਠੀਕ ਹੈ, ਸਾਰਿਆਂ ਨੇ ਇੱਕ ਇੱਕ ਦੋ ਦੋ ਚਾਰ ਚਾਰ ਬਹੁਤ ਰੱਖੇ ਹੋ ਆ। ਠੀਕ ਹੈ, ਜਿੱਦਾਂ ਸਾਡੇ ਅਮਰਤ ਭਾਣਾ, ਠੀਕ ਹੈ, ਉਹਨੂੰ ਭਜਾਏ ਆ, ਹੁਣ ਵੱਟ ਗਿਆ, ਮੈਨੂੰ ਬਹੁਤ ਸਹਿਯੋਗ ਰਿਹਾ ਉਹਦਾ। ਠੀਕ ਹੈ, ਹੁਣ ਰਮਨ ਆ, ਇਹ ਤਾਂ ਹੁਣ ਇਸ ਵੇਲੇ ਚੜ੍ਹਦੀ ਕਲਾ 'ਚ ਆ, ਪਰਮਾਤਮਾ ਇਹਦਾ ਪਿੱਛੇ, ਹਾਂਜੀ ਇਹਦਾ ਬਹੁਤ ਸਾਥ ਦਿੰਦਾ ਆ, ਅਤੇ ਇਹਨਾਂ ਦੇ ਕੋਲ ਤਾਂ ਜ਼ਿਆਦਾ ਇਸ ਵੇਲੇ ਸ਼ੀਸ਼ਾ ਤੋਂ ਬਹੁਤ। ਠੀਕ ਹੈ ਜੀ, ਅਤੇ ਸਾਰਿਆਂ ਕੋਲ ਇਹਨਾਂ ਕੋਲ ਬਹੁਤ ਹੈਗੇ ਆ, ਸਾਰੇ ਤੇ ਪਿਆਰ ਨਾਲ ਰੱਖ।
ਠੀਕ ਹੈ ਤੇ ਜਿੱਦਾਂ ਆਪਣੇ ਪ੍ਰਦੀਪ ਭਾਜ ਜੀ ਚੱਜ ਪਿੰਡ ਤੋਂ ਬੈਠੇ ਆ ਹਾਂਜੀ ਇਹਨਾਂ ਨੇ ਵੀ ਬੋਲਦ ਰੱਖੇ ਹੋਏ ਆ ਜੀ ਹਾਂ ਇਹਨਾਂ ਨੇ ਵੀ ਬੋਲਦ ਰੱਖੇ ਤੇ ਪ੍ਰਦੀਪ ਭਾਜੀ ਆਪਾਂ ਕਿੰਨੇ ਰੱਖੇ ਹੋਏ ਬੋਲਦ ਇਸ ਵੇਲੇ ਘਰ ਭਾਜੀ ਮੇਰੇ ਕੋਲ ਇਸ ਵੇਲੇ ਦੋ ਬੋਲਦ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਪੱਛਾ ਤਿਆਰ ਕਰਦੇ ਆ ਜੀ ਠੀਕ ਹੈ ਜੀ ਇੱਕ ਬੋਲਦ ਦਾ ਮੇਲੇ ਜਾਂਦਾ ਠੀਕ ਹੈ ਜੀ ਇਹ ਪ੍ਰਦੀਪ ਭਾਜੀ ਇਹ ਕੈਰੀ ਦੌੜ ਵਿੱਚ ਲੈ ਕੇ ਜਾਂਦੇ ਜਾਂ ਦੋਹਰੀ ਦੌੜ ਦੇ ਵਿੱਚ ਲੈ ਕੇ ਜਾਂਦੇ ਹਾਂਜੀ ਮੈਂ ਹੁਣ ਦੋਹਰੀ ਦੌੜ 'ਚ ਲੈ ਕੇ ਜਾਂਦਾ ਜੀ ਠੀਕ ਹੈ ਜੀ ਹਾਂਜੀ ਇੱਕ ਬੱਛਾ ਕੈਰੀ ਲਈ ਤਿਆਰ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਅਤੇ ਹੁਣ ਤੱਕ ਕਿੰਨੇ ਕੁ ਮੇਲਿਆਂ 'ਚ ਤੁਸੀਂ ਸ਼ਿਰਕਤ ਕੀਤੀ ਆਪਣੇ ਬੋਲਦਾਂ ਨਾਲ ਲੈ ਕੇ ਭਾਜੀ ਇਹਦੇ ਵਿੱਚ ਤਾਂ ਬਾਬੇ ਦੀ ਕਿਰਪਾ ਹੀ ਆ ਜੀ ਜਿੰਨੇ ਕੁ ਮੇਲਿਆਂ 'ਚ ਗਏ ਹਾਂ ਠੀਕ ਹੈ ਤਕਰੀਬਨ ਹੀ ਜਿੱਤ ਕੇ ਆਏ ਹਾਂ ਜੀ ਠੀਕ ਹੈ ਜੀ ਹਾਂਜੀ ਚਲੋ ਨਵੇਂ ਬੋਲਦ ਲੈ ਕੇ ਜਾਂਦੇ ਹਾਂ ਬਾਜ ਵੇਲੇ ਨਹੀਂ ਦੂਜਾ ਹੁੰਦਾ ਪਰ ਜਿੱਦਾਂ ਅਸੀਂ ਸਾਰੇ ਇੱਕ ਪਰਿਵਾਰ ਆ ਜੀ ਬੋਲਦਾਂ ਵਾਲੇ ਜਿੰਨੇ ਬੈਠੇ ਆ ਸਾਡੇ ਭਾਜੀ ਪਰਮਜੀਤ ਸਿੰਘ ਆ ਠੀਕ ਹੈ ਜੀ ਤੇ ਸਾਡੇ ਤੋਂ ਬੜੇ ਆ ਸਾਡੇ ਫਾਦਰ ਸਮਾਨ ਆ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਮਗਰ ਸਾਡੇ ਰਮਨ ਬੈਠਾ ਜੀ ਠੀਕ ਹੈ ਜੀ ਇਹਨਾਂ ਦਾ ਬਹੁਤ ਅਸੀਂ ਇੱਕ ਪਰਿਵਾਰ ਆ ਜੀ ਇੱਧਰ ਮੁੰਡੇ ਚਿੱਤੋਂ ਤੋਂ ਬੈਠੇ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਾਰੇ ਅਸੀਂ ਜਿੱਦਾਂ ਇੱਕ ਪਰਿਵਾਰ ਵਾਂਗੂ ਰਹਿੰਦੇ ਆ ਠੀਕ ਹੈ ਜੀ ਚਾਹੇ ਬੋਲਦ ਭਾਜੀ ਦੇ ਆ ਚਾਹੇ ਪਰਮਜੀਤ ਸਿੰਘ ਦੇ ਆ ਚਾਹੇ ਰਮਨ ਦੇ ਆ ਚਾਹੇ ਮੇਰੇ ਆ ਮੇਰੇ ਆ ਅਸੀਂ ਸੇਮ ਇਕੱਠੇ ਹੀ ਆ ਜੀ ਠੀਕ ਹੈ ਜੀ ਘਰ ਸਾਡੇ ਇਕੱਲੇ ਇਕੱਲੇ ਆ ਅਸੀਂ ਹੈ ਸਾਰੇ ਇਕੱਠੇ ਆ ਸਾਡਾ ਬੋਲਦਾਂ ਦੇ ਇੱਕ ਪਰਿਵਾਰ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ ਇੱਕ ਪਰਿਵਾਰ ਵਾਂਗੂ ਰਹਿੰਦੇ ਆ ਠੀਕ ਹੈ ਜੀ ਅਸੀਂ ਵੀ ਤੁਹਾਡਾ ਬਹੁਤ ਘੁੰਮਣ ਲਾਈਵ ਟੀਵੀ ਵਾਲਿਆਂ ਦਾ ਧੰਨਵਾਦ ਕਰਦੇ ਆ ਜੀ NRI ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਚੈਨਲ ਨੂੰ ਪ੍ਰਮੋਟ ਕੀਤਾ ਔਰ ਤੁਹਾਡਾ ਭਾਜੀ ਜ਼ਿਆਦਾ ਧੰਨਵਾਦ ਕਰਦੇ ਆ ਤੁਸੀਂ ਸਾਡੇ ਕੋਲ ਆਏ ਆ ਲਾਲਪੁਰ ਨਗਰ 'ਚ ਆਏ ਆ ਤੁਸੀਂ ਹੋਰਨਾਂ ਪਿੰਡਾਂ 'ਚ ਵੀ ਜਾਂਦੇ ਆ ਤੁਸੀਂ ਬਹੁਤ ਜ਼ਿਆਦਾ ਵੱਡੀ ਤੁਹਾਡੀ ਇਹ ਦੂਜੀ ਆ ਬਈ ਤੁਸੀਂ ਕਿੱਥੋਂ ਚੱਕ ਕੇ ਬੰਦੇ ਨੂੰ ਕਿੱਥੇ ਲੈ ਕੇ ਜਾ ਰਹੇ ਆ ਜਿਹੜੀ ਇਹ ਖੇਲ ਆ ਇਹਨੂੰ ਤੁਸੀਂ ਬਹੁਤ ਤਾਹਾਂ ਲੈ ਗਏ ਅੰਬਰਾਂ 'ਤੇ ਲੈ ਗਏ ਆ ਇੱਕ ਛੋਟੀ ਜਿਹੀ ਗੇਮ ਸੀਗੀ ਉਹਨੂੰ ਬਹੁਤ ਵੱਡਾ ਤੁਹਾਡਾ ਘੁੰਮਣ ਲਾਈਵ ਟੀਵੀ ਕਰ ਰਿਹਾ ਅਸੀਂ ਜ਼ਿਆਦਾ ਧੰਨਵਾਦ ਕਰਦੇ ਹਾਂ ਗਗਨ ਜਗਤਪੁਰੀ ਭਾਜੀ ਦਾ ਠੀਕ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਰੱਖ ਲਓ ਜਿੱਦਾਂ ਉਹਨਾਂ ਦੇ ਨਾਲ ਤੁਸੀਂ ਭੇਜਿਆ ਤੁਹਾਨੂੰ ਆਏ ਆ ਵੱਡੇ ਮਾਲ ਆ ਜੀ ਹਾਂਜੀ 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 ਵੱਡੇ ਮਾਲ ਆ ਉਹ ਘਰਾਣੇ ਦਾ ਨਾਂ ਆ ਜਗਤਪੁਰ ਦਾ ਬਹੁਤ ਹਾਲਟ 'ਚ ਵੀ ਗੱਡੀ 'ਚ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਘੁੰਮਣ ਲਾਈਵ ਟੀਵੀ ਵਾਲਿਆਂ ਦਾ ਤੁਹਾਡੀ ਸਾਰੀ ਟੀਮ ਦਾ ਵੀ ਤੁਸੀਂ ਸਾਡੇ ਇੱਥੇ ਨਗਰ 'ਚ ਆਏ ਆ ਜੀ ਸਾਨੂੰ ਤੁਸੀਂ ਛੋਟੇ ਜਿਹੇ ਗਰੀਬ ਪਰਿਵਾਰਾਂ ਦੇ ਵਿੱਚੋਂ ਕੱਢ ਕੇ ਤੁਸੀਂ ਯੂਟਿਊਬ ਚੈਨਲ 'ਤੇ ਲੈ ਕੇ ਜਾਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਹਾਂਜੀ ਪਰਮਜੀਤ ਅੰਕਲ ਜੀ ਅਸੀਂ ਤੁਹਾਡਾ ਅਤੇ ਤੁਹਾਡੇ ਪੂਰੇ ਪਰਿਵਾਰ ਦਾ ਅਤੇ ਜਿੰਨੇ ਵੀ ਇੱਥੇ ਸਹਿਯੋਗੀ ਤੁਹਾਡੇ ਮਿੱਤਰ ਪਿਆਰੇ ਬੈਠੇ ਆ ਪ੍ਰਦੀਪ ਭਾਜੀ ਬੈਠੇ ਆ ਰਮਨ ਭਾਜੀ ਵੀ ਬੈਠੇ ਆ ਸਾਡੇ ਅੰਕਲ ਹੁਣੀ ਚੈਨਾ ਕੁਲਣੀ ਬੈਠੇ ਆ ਹੋਰ ਜਿੰਨੇ ਵੀ ਸਾਡੇ ਯਾਰ ਮਿੱਤਰ ਬੈਠੇ ਆ ਅੱਜ ਇਹਨਾਂ ਨੇ ਸਮਾਂ ਕੱਢਿਆ ਸਾਡੇ ਲਈ ਸੋ ਅਸੀਂ ਤੁਹਾਡਾ ਅਤੇ ਤੁਹਾਡੇ ਯਾਰਾਂ ਮਿੱਤਰਾਂ ਦਾ ਪੂਰਾ ਪੂਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹਾਂਜੀ ਅਸੀਂ ਤਾਂ ਸਾਡਾ ਜਿੰਨੇ ਪੂਰੇ ਪਰਿਵਾਰ ਵੱਲੋਂ ਸਾਡੇ ਜਿੰਨੇ ਵੀ ਯਾਰ ਦੋਸਤ ਬੈਠੇ ਆ ਸਾਡੇ ਬਜ਼ੁਰਗ ਬੈਠੇ ਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਘੁੰਮਣ ਲਾਈਵ ਟੀਵੀ ਵਾਲਿਆਂ ਦਾ ਘੁੰਮਣ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਡੇ ਇੱਕ ਛੋਟੇ ਜਿਹੇ ਨਗਰ 'ਚ ਆ ਕੇ ਇੱਕ ਬਹੁਤ ਵੱਡਾ ਇੱਕ ਸੁਨੇਹਾ ਲੈ ਕੇ ਜਿਹੜਾ ਤੁਸੀਂ ਬਾਹਰਲੇ ਦੇਸ਼ਾਂ 'ਚ ਭੇਜਣਾ ਆ ਅਤੇ ਬਹੁਤ ਬਹੁਤ ਧੰਨਵਾਦ ਆ